सेकंड लेसन है जिहड़ा असीं पंजाबी दा करांगे, इहदे विच असीं वर्ण बोध बारे पढ़ांगे। अज वर्णा बारे पढ़ांगे। वर्ण बोध की हुंदा? जिहदे विच अक्षरां दे रूप, वर्णा जां अक्षरां दे रूप, उहनां दीआं किस्मां, उचारण दा स्थान, उहनां दा किवें उचारे जांदे ने, ਤੇ ਉਹਨਾਂ ਵਰਨਾਂ ਨੂੰ ਜੋੜ ਕੇ ਕਿਹੜੇ ਸ਼ਬਦ ਬਣਾਏ ਜਾਂਦੇ ਨੇ ਤੇ ਕਿਵੇਂ ਬਣਾਏ ਜਾਂਦੇ ਨੇ ਉਹਨਾਂ ਦੇ ਨਿਯਮ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮਿਲ ਕੇ ਵਰਨ ਬੋਧ ਬਣਾਉਂਦੀਆਂ ਨੇ। ਤਾਂ ਅੱਜ ਅਸੀਂ ਇਹਨਾਂ ਬਾਰੇ ਜਾਣਾਂਗੇ। ਜੇ ਅਸੀਂ ਦੇਖੀਏ ਵਰਨ ਬੋਧ ਜਿਹੜਾ ਪੰਜਾਬੀ ਦੇ ਵਿੱਚ ਕਿਉਂ ਜ਼ਰੂਰੀ ਆ, ਜੇ ਅਸੀਂ ਭਾਸ਼ਾ ਦਾ ਸ਼ੁੱਧ ਰੂਪ ਲਿਖਣਾ ਹੈ ਜਾਂ ਸਿੱਖਣਾ ਹੈ, ਇਸ ਦੀ ਜਾਣਕਾਰੀ ਲਈ ਸਾਨੂੰ ਵਰਨ ਬੋਧ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ। ਤਾਂ ਸਾਡੇ MCQs ਆਉਂਦੇ ਨੇ ਜਾਂ ਅਸੀਂ ਪੰਜਾਬੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣਾ ਜਾਂ ਲਿਖਣਾ ਸਿੱਖਣਾ ਹੈ, ਜਾਂ ਇਸ ਤਰ੍ਹਾਂ ਦੇ ਅਸੀਂ ਸ਼ੁੱਧ ਅਸ਼ੁੱਧ ਸ਼ਬਦ ਨੇ ਜਿਹੜੇ, ਜਾਂ ਕਿਵੇਂ ਉਚਾਰਨ ਹੁੰਦੇ ਨੇ, ਕਿਵੇਂ ਜਿਹੜੇ ਨੇ ਸਥਾਨ ਨੇ ਸ਼ਬਦਾਂ ਦੇ, ਉਹ ਆਉਂਦੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਾਣਨ ਲਈ ਸਾਨੂੰ ਇਹ ਜਿਹੜੀ ਚੀਜ਼ ਆ ਵਰਨ ਬੋਧ ਦੀ ਜਿਹੜੀ ਜਾਣਕਾਰੀ ਹੋਣੀ ਚਾਹੀਦੀ ਆ। ਤਾਂ ਅਸੀਂ ਥਿਊਰੀ ਪੋਰਸ਼ਨ ਦੇ ਵਿੱਚ ਹੀ MCQ ਕੱਢ ਸਕਦੇ ਹਾਂ। ਤਾਂ ਥਿਊਰੀ ਪੋਰਸ਼ਨ ਦੀ ਨੌਲੇਜ ਜੇ ਤੁਹਾਨੂੰ ਹੋਊਗੀ ਤਾਂ ਹੀ ਤੁਸੀਂ ਜਿਹੜੇ MCQ ਨੇ ਉਹ ਕਰ ਸਕਦੇ ਹੋ। ਤਾਂ ਆਪਣਾ ਬੇਸ ਆ ਜਿਹੜਾ ਸੋਲਿਡ ਬਣਾਓ, ਨਾ ਕਿ MCQs ਨੂੰ ਰੱਟੇ ਲਗਾਓ ਸਿਰਫ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਇਸ ਦੀ ਪਰਿਭਾਸ਼ਾ। ਉਸ ਮੂਲ ਧੁਨੀ, ਬੇਸਿਕ ਜਿਹੜੀ ਸਾਊਂਡ ਹੁੰਦੀ ਆ, ਜਾਂ ਛੋਟੀ ਤੋਂ ਛੋਟੀ ਧੁਨੀ ਨੂੰ ਵਰਨ ਕਹਿੰਦੇ ਨੇ, ਜਿਸ ਦੇ ਅੱਗੇ ਟੁਕੜੇ ਨਹੀਂ ਹੋ ਸਕਦੇ। ਛੋਟੀ ਤੋਂ ਛੋਟੀ ਉਹ ਹੋ ਗਈ ਜਿਹਦੇ ਅੱਗੇ ਟੁਕੜੇ ਨਹੀਂ ਹੋ ਸਕਦੇ। ਇਹ ਇੱਕ ਚਿੰਨ੍ਹ ਦੁਆਰਾ ਪ੍ਰਗਟ ਕੀਤੀ ਜਾਂਦੀ ਹੈ। ਜੇ ਹੁਣ ਅਸੀਂ ਗੱਲ ਕਰੀਏ ਤਾਂ ਊੜਾ, ਕੱਕਾ, ਪੱਪਾ, ਇਹ ਸਾਰੇ ਕੀ ਨੇ? ਵਰਨ ਨੇ। ਇਹ ਆਪਣੇ ਆਪ 'ਚ ਕੀ ਨੇ? ਵਰਨ ਨੇ। ਇਹਨਾਂ ਦੇ ਟੋਟੇ ਨਹੀਂ ਹੋ ਸਕਦੇ। ਛੋਟੇ ਤੋਂ ਛੋਟਾ ਹਿੱਸਾ ਇਹ, ਇਹਨਾਂ ਨੂੰ ਅੱਗੇ ਹਿੱਸਿਆਂ ਦੇ ਵਿੱਚ ਨਹੀਂ ਵੰਡਿਆ ਜਾ ਸਕਦਾ। ਅਤੇ ਜਿਹੜੇ ਇਹ ਸਾਰੇ ਲਿਪੀ ਦੇ ਰੂਪ ਵਿੱਚ ਅੰਕਿਤ ਕੀਤੇ ਜਾਂਦੇ ਨੇ, ਜਿਹੜੇ ਵਰਨ ਨੇ, ਅੱਖਰਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਸਕ੍ਰਿਪਟ ਲਿਪੀ ਕੀ ਹੁੰਦੀ ਆ? ਅੱਖਰਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਨੇ। ਲਿਖਤੀ ਰੂਪ 'ਚ ਅੰਕਿਤ ਕਰਨ ਲਈ ਕੁਛ ਚਿੰਨ੍ਹ ਨੇ ਜਿਹੜੇ ਉਹ ਵਰਤੇ ਜਾਂਦੇ ਨੇ। ਤਾਂ ਭਾਸ਼ਾ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੇ ਉਹ ਕਿਸੇ ਸਕ੍ਰਿਪਟ ਦੇ ਵਿੱਚ, ਕਿਸੇ ਲਿਪੀ ਦੇ ਵਿੱਚ ਲਿਖੀ ਹੋਈ ਹੋਊਗੀ। ਜਦੋਂ ਅਸੀਂ ਜਿਹੜੇ ਅੱਖਰਾਂ ਦੇ ਸਮੂਹ ਨੂੰ ਚਿੰਨ੍ਹਾਂ ਦੇ ਨਾਲ ਮਿਲਾ ਦਿੰਦੇ ਹਾਂ ਤਾਂ ਉਹ ਕੀ ਬਣ ਜਾਂਦੀ ਹੈ? ਲਿਪੀ। ਤਾਂ ਵਿਕਸਿਤ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਹਰੇਕ ਭਾਸ਼ਾ ਦੀ। ਪੰਜਾਬੀ ਦੀ ਕੀ ਹੈ? ਗੁਰਮੁਖੀ ਲਿਪੀ। ਹਿੰਦੀ ਦੀ ਕੀ ਹੈ? ਦੇਵਨਾਗਰੀ। ਉਰਦੂ ਦੀ ਫਾਰਸੀ ਜਾਂ ਸ਼ਾਹਮੁਖੀ। ਅਤੇ ਅੰਗਰੇਜ਼ੀ ਦੀ ਕੀ ਹੈ? ਰੋਮਨ। ਅਤੇ ਪੰਜਾਬੀ ਦੀ ਗੁਰਮੁਖੀ ਲਿਪੀ ਆ। ਇਹਦੇ ਵਿੱਚ ਚਾਰ ਭੇਦ ਨੇ ਵਰਨਾਂ ਦੇ ਉਚਾਰਨ ਦੇ ਰੂਪ ਵਿੱਚ। ਵਰਨਾਂ ਦੀਆਂ ਕਿਸਮਾਂ ਕਰਾਂਗੇ। ਸਭ ਤੋਂ ਪਹਿਲਾਂ ਕਾਇੰਡ ਆਫ ਲੈਟਰਸ। ਵਰਨ ਨੇ ਜਿਹੜੀ ਕਿੰਨੀ ਕਿਸਮ ਦੇ ਹੁੰਦੇ ਨੇ? ਤਾਂ ਚਾਰ ਕਿਸਮ ਦੇ ਸਵਰ ਪਹਿਲਾਂ ਕਰਾਂਗੇ ਅਸੀਂ। ਸਵਰ ਸਵਰ ਕੀ ਹੁੰਦੇ ਨੇ? ਉਹ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਸਾਡਾ ਸਾਹ ਉਚਾਰਨ ਅੰਗਾਂ ਦੀ ਕਿਸੇ ਵਿਸ਼ੇਸ਼ ਰੁਕਾਵਟ ਤੋਂ ਬਿਨਾਂ ਬਾਹਰ ਨਿਕਲਦਾ ਹੈ। ਸਾਡਾ ਸਾਹ ਉਚਾਰਨ ਕਰਨ ਸਮੇਂ ਸਾਡਾ ਸਾਹ ਉਚਾਰਨ ਅੰਗਾਂ ਦੀ ਕਿਸੇ ਵਿਸ਼ੇਸ਼ ਰੁਕਾਵਟ ਤੋਂ ਬਿਨਾਂ ਬਾਹਰ ਨਿਕਲਦਾ ਹੈ। ਤੁਹਾਨੂੰ ਉਚਾਰਨ ਅੰਗ ਪਤਾ ਹੋਣੇ ਚਾਹੀਦੇ ਨੇ, ਕਿਹੜੇ ਕਿਹੜੇ ਹੁੰਦੇ ਨੇ? ਜੀਭ, ਤਾਲੂ, ਦੰਦ, ਇਹ ਜਿਹੜੇ ਉਚਾਰਨ ਅੰਗ ਨੇ। ਪੰਜਾਬੀ ਵਿੱਚ ਸਵਰ ਅਜਿਹੇ ਅੱਖਰ ਹਨ ਜਿਹੜੇ ਕਿਸੇ ਦੂਸਰੇ ਅੱਖਰ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਂਦੇ ਹਨ। ਕਿਸੇ ਹੋਰ ਅੱਖਰ ਦੀ ਸਹਾਇਤਾ ਨਹੀਂ ਲਈ ਜਾਂਦੀ, ਸੁਤੰਤਰ ਬੋਲੇ ਜਾਂਦੇ ਨੇ। ਤਾਂ ਪੰਜਾਬੀ 'ਚ ਊੜਾ, ਆੜਾ ਅਤੇ ਈੜੀ ਕੀ ਨੇ? ਤਿੰਨ ਸਵਰ ਨੇ। ਜਦਕਿ ਇੰਗਲਿਸ਼ ਦੇ ਵਿੱਚ ਸਾਡੇ ਕਿੰਨੇ ਸਵਰ ਨੇ? ਪੰਜ ਸਵਰ ਨੇ, ਪੰਜ ਬੋਵਲਸ ਨੇ ਜਿਹੜੇ। ਇਹਨਾਂ ਤਿੰਨਾਂ ਅੱਖਰਾਂ ਨੂੰ ਲਗਾ ਕੇ 10 ਸਵਰ ਧੁਨੀਆਂ ਬਣਦੀਆਂ ਹਨ। ਇਹਨਾਂ ਨੂੰ ਸਵਰ ਅੱਖਰ ਵੀ ਕਿਹਾ ਜਾਂਦਾ। ਸਵਰ ਅੱਖਰ, ਸਵਰ ਧੁਨੀਆਂ ਕਿਹੜੀਆਂ ਕਿਹੜੀਆਂ ਨੇ? ਆ, ਆ, ਈ, ਈ, ਊ, ਊ, ਲੰਬੀ ਆਵਾਜ਼ ਇੱਕ ਵਾਰੀ, ਛੋਟੀ ਆਵਾਜ਼, ਐ, ਓ ਅਤੇ ਔ। ਸਵਰਾਂ ਦੀ ਵੰਡ। ਤਾਂ ਹੁਣ ਇੱਥੇ ਸਾਡੇ ਕੋਲ ਇੱਕ ਕੁਐਸਚਨ ਆ ਗਿਆ ਕਿ ਇਹਦੇ ਵਿੱਚ ਕੋਈ ਵੀ ਆਉਂਦੀ ਹੈ ਸਵਰ ਧੁਨੀਆਂ ਦੇ ਵਿੱਚ, ਕੋਈ ਵੀ ਐਗਜ਼ਾਮਪਲ ਤੁਹਾਨੂੰ ਆ ਸਕਦੀ ਹੈ? ਕਿਹੜੀਆਂ ਕਿਹੜੀਆਂ ਸਵਰ ਧੁਨੀਆਂ ਨੇ?
ਤੇ ਪੰਜਾਬੀ ਦੇ ਵਿੱਚ ਜਿਹੜੀਆਂ ਲਗਾ ਲਗਾ ਕੇ ਕਿੰਨੀਆਂ ਸਵਰ ਧੁਨੀਆਂ ਬਣਦੀਆਂ ਨੇ? 10। ਤਾਂ ਇਸ ਤਰ੍ਹਾਂ ਨਾਲ ਅਸੀਂ ਪੇਪਰ ਦੀ ਤਿਆਰੀ ਹੈ ਜਿਹੜੀ ਉਹ ਨਾਲੋਂ ਨਾਲ ਕਰ ਸਕਦੇ ਹਾਂ। ਸਵਰਾਂ ਦੀ ਵੰਡ ਕਰਦੇ ਹਾਂ। ਹੁਣ ਅਸੀਂ ਦੋ ਕਿਸਮਾਂ ਵਿੱਚ ਵੰਡਿਆ ਗਿਆ ਹੈ, ਲਘੂ ਸਵਰ ਤੇ ਦੀਰਘ ਸਵਰ। ਮੂਲ ਸਵਰ, ਮੂਲ ਸਵਰ, ਸੰਯੁਕਤ ਸਵਰ, ਅਨੁਨਾਸਕੀ ਸਵਰ, ਇਹਨਾਂ ਨੂੰ ਇੱਥੇ ਦੋ ਲਿਖੇ। ਇਹਨਾਂ ਦੀਆਂ ਤਿੰਨ ਕਿਸਮਾਂ ਨੇ, ਇਹ ਤਿੰਨ ਨੇ ਜਿਹੜੀਆਂ। ਪਹਿਲੀ ਮੂਲ ਸਵਰ ਆ ਜਿਹੜੀ, ਉਹਨੂੰ ਦੋ ਕਿਸਮਾਂ ਦੇ ਵਿੱਚ ਵੰਡਿਆ ਹੋਇਆ, ਲਘੂ ਤੇ ਦੀਰਘ। ਮੂਲ ਸਵਰ ਕੀ ਆ? ਲਘੂ ਤੇ ਦੀਰਘ ਦੇ ਰੂਪ ਵਿੱਚ। ਲਘੂ ਮੀਨਜ ਜਿਹਦੇ ਵਿੱਚ ਘੱਟ ਸਮਾਂ ਲੱਗਦਾ ਹੈ, ਉਚਾਰਨ ਵਿੱਚ ਘੱਟ ਸਮਾਂ ਲੱਗਦਾ ਹੈ, ਛੋਟੀ ਮਾਤਰਾ ਹੁੰਦੀ ਆ, ਉਸ ਨੂੰ ਲਘੂ ਸਵਰ ਬੋਲਦੇ ਨੇ। ਜਿਵੇਂ ਆ, ਆੜਾ, ਈੜੀ ਨੂੰ ਸਿਹਾਰੀ, ਊੜੇ ਨੂੰ ਔਂਕੜ, ਇਹ ਤਿੰਨੇ ਕੀ ਨੇ? ਲਘੂ ਸਵਰ ਨੇ। ਦੀਰਘ ਸਵਰ ਕੀ ਨੇ? ਜਦੋਂ ਦੁੱਗਣੀ ਮਾਤਰਾ ਮੀਨਜ ਮਾਤਰਾਵਾਂ ਦੋ ਲੱਗਦੀਆਂ ਨੇ, ਦੁੱਗਣੀਆਂ ਲੱਗਦੀਆਂ ਨੇ, ਸਮਾਂ ਵੀ ਟਾਈਮ ਵੀ ਜ਼ਿਆਦਾ ਲੱਗਦਾ ਹੈ, ਤਾਂ ਇਹਨਾਂ ਨੂੰ ਦੀਰਘ ਸਵਰ ਕਹਿੰਦੇ ਨੇ। ਜਿਵੇਂ ਬੜਾ, ਆੜੇ ਨੂੰ ਕੰਨਾ, ਈੜੀ ਨੂੰ ਬਿਹਾਰੀ, ਡਬਲ ਦਲੈਂਕੜ, ਊੜੇ ਨੂੰ, ਈੜੀ ਨੂੰ ਲਾਵਾਂ, ਅਤੇ ਓੜੇ ਊੜੇ ਨੂੰ ਕਨੌੜਾ, ਹੋੜਾ, ਸੋਰੀ। ਤਾਂ ਇਹ ਜਿਹੜੇ ਨੇ ਦੀਰਘ ਸਵਰ ਨੇ। ਸੰਯੁਕਤ ਸਵਰ ਕੀ ਹੁੰਦੇ ਨੇ? ਦੋ ਅੱਖਰਾਂ ਨੂੰ ਮਿਲਾ ਕੇ, ਦੋ ਮੂਲ ਸਵਰਾਂ ਨੂੰ ਮਿਲਾ ਕੇ ਜਿਹੜੇ ਬਣਦੇ ਨੇ ਉਹ ਸੰਯੁਕਤ ਸਵਰ ਹੋ ਗਏ। ਜਿਵੇਂ ਆ ਅਤੇ ਐ ਨੂੰ ਮਿਲਾ ਕੇ ਐ ਬਣ ਗਿਆ, ਦਲੈਂਕੜ ਬਣ, ਦਲਾਵਾਂ ਬਣ ਗਈਆਂ। ਆੜਾ ਅਤੇ ਕਨੌੜੇ ਨੂੰ ਮਿਲਾ ਕੇ ਔ, ਸੋਰੀ, ਆੜੇ ਨੂੰ ਕਨੌੜਾ ਲਗਾਉਂਦੇ ਹਾਂ, ਔਕੜ ਜਿਵੇਂ ਹੋ ਗਿਆ। ਤਾਂ ਇਹ ਚੀਜ਼ ਕੀ ਆ? ਆੜਾ ਅਤੇ ਊੜੇ ਨੂੰ ਹੋੜੇ ਨਾਲ ਬਣਦੀ ਹੈ, ਤਾਂ ਇਹ ਸੰਯੁਕਤ ਸਵਰ ਹੋ ਗਏ। ਪੰਜਾਬੀ ਦੇ ਇਹ ਕੀ ਨੇ? ਸੰਯੁਕਤ ਸਵਰ ਨੇ, ਜਿਹੜੇ ਦੋ ਮੂਲ ਸਵਰਾਂ ਦੇ ਜੋੜ ਨਾਲ ਬਣਦੇ ਨੇ। ਅਨੁਨਾਸਿਕੀ ਕੀ ਹੋਏ? ਉਚਾਰਨ ਸਮੇਂ ਕੁਝ ਆਵਾਜ਼ ਜਿਹੜੀ ਨੱਕ ਰਾਹੀਂ ਆਉਂਦੀ ਆ, ਉਹਨਾਂ ਨੂੰ ਅਨੁਨਾਸਿਕੀ, ਕਿਉਂਕਿ ਨੱਕ ਰਾਹੀਂ ਆਵਾਜ਼ ਆਉਂਦੀ, ਇਸ ਲਈ ਨਾਸਿਕ ਸਵਰ ਕਹਿੰਦੇ ਨੇ। ਜਿਵੇਂ ਔਂ, ਔਂ ਸਵਰ, ਇਹ ਸੀਗੇ ਸਵਰ। ਅੱਗੇ ਕੰਸੋਨੈਂਟਸ ਨੇ, ਵਿਅੰਜਨ। ਇਹ ਉਹ ਧੁਨੀ ਆ ਜਿਸ ਦੇ ਉਚਾਰਨ ਸਮੇਂ ਸਾਡੇ ਸਾਹ ਨੂੰ ਉਚਾਰਨ ਅੰਗਾਂ ਤੋਂ ਕੁਝ ਰੁਕਾਵਟ ਪੈਂਦੀ ਹੈ। ਤਾਂ ਸਵਰਾਂ ਦਾ ਕੀ ਸੀ? ਕੋਈ ਰੁਕਾਵਟ ਨਹੀਂ ਪੈਂਦੀ ਉਚਾਰਨ ਅੰਗਾਂ ਦੀ, ਪਰ ਵਿਅੰਜਨਾਂ ਦਾ ਕੀ ਆ? ਇਹਦੇ ਵਿੱਚ ਕੁਝ ਰੁਕਾਵਟ ਪੈਂਦੀ ਆ। ਇਹ ਅਜਿਹੇ ਅੱਖਰ ਨੇ ਜਿਹੜੇ ਕਿਸੇ ਲਗ ਜਾਂ ਮਾਤਰਾ ਦੀ ਸਹਾਇਤਾ ਤੋਂ ਬਿਨਾਂ ਲਿਖੇ ਨਹੀਂ ਜਾ ਸਕਦੇ ਅਤੇ ਨਾ ਹੀ ਬੋਲੇ ਜਾ ਸਕਦੇ ਨੇ। ਗੁਰਮੁਖੀ 'ਚ ਸੱਸੇ ਤੋਂ ਲੈ ਕੇ ੜਾੜੇ ਤੱਕ 32 ਅੱਖਰ ਨੇ ਜਿਹੜੇ ਉਹ ਵਿਅੰਜਨ ਅਖਵਾਉਂਦੇ ਨੇ। ਇਟ ਮੀਨਸ ਸੱਸੇ ਤੋਂ ਲੈ ਕੇ ੜਾੜੇ ਤੱਕ ਜਿਹੜੇ ਅੱਖਰ ਨੇ ਉਹਨਾਂ ਦੀ ਗਿਣਤੀ ਕੀ ਆ? 32। ਅਤੇ ਇਹ ਅੱਖਰ ਕੀ ਨੇ? ਵਿਅੰਜਨ ਅਖਵਾਉਂਦੇ ਨੇ। ਅੱਗੇ ਅਨੁਨਾਸਿਕ ਨੇਜ਼ਲ। ਗੁਰਮੁਖੀ ਲਿਪੀ ਵਿੱਚ ਅਨੁਨਾਸਿਕ ਅੱਖਰ ਅਜਿਹੇ ਅੱਖਰ ਹਨ ਜਿਹੜੇ ਨਾਸਾਂ ਦੁਆਰਾ ਉਚਾਰਨ ਹੁੰਦੇ ਹਨ। ਅੱਖਰਾਂ ਦੀ ਗਿਣਤੀ ਕੀ ਆ? 5। ਜਿਹੜੇ ਲਾਸਟ 'ਤੇ ਆਉਂਦੇ ਨੇ ਤੁਹਾਡੇ, ਜਿਹੜੇ ਅਸੀਂ ਪੰਜਾਬੀ ਦੀ ਵਰਣਮਾਲਾ ਦੇਖਦੇ ਹਾਂ ਤਾਂ ਉਹਦੇ ਵਿੱਚ ਲਾਸਟ 'ਤੇ ਆਉਂਦੇ ਨੇ ਅੰਗਾ ਨਾਣਾ ਨੰਨਾ ਮੰਮਾ, ਤਾਂ ਇਹ ਅਨੁਨਾਸਿਕ ਹੋ ਗਏ। ਤਾਂ ਇਹ ਵਿਅੰਜਨ ਵੀ ਨੇ ਅਤੇ ਅਨੁਨਾਸਿਕ ਕੀ ਨੇ? ਸਵਰ ਵੀ ਨੇ, ਨੇਜ਼ਲ ਹੋ ਗਏ ਇਹ। ਪੰਜਾਬੀ ਵਿੱਚ ਅਨੁਨਾਸਿਕ ਅੱਖਰ ਇਹ ਦੋ ਨੇ ਜਿਹੜੇ ਵਰਤੇ ਜਾਂਦੇ ਨੇ, ਅਣੰਗਾ ਅਤੇ ਅੰਗਾ। ਅੱਜ ਕੱਲ੍ਹ ਬਹੁਤ ਘੱਟ ਹੁੰਦੀ ਹੈ ਇਹਨਾਂ ਦੀ ਵਰਤੋਂ। ਪਹਿਲੇ 3 ਇਹ ਜਿਹੜੇ ਨੇਜ਼ਲ ਨੇ, ਅਨੁਨਾਸਿਕ ਨੇ, ਵਿਅੰਜਨ ਨੇ, ਇਹਨਾਂ ਨਾਲ ਕੋਈ ਵੀ ਸ਼ਬਦ ਆਰੰਭ ਨਹੀਂ ਹੁੰਦਾ, ਤਾਂ ਇਹ ਹਮੇਸ਼ਾ ਸ਼ਬਦ ਦੇ ਵਿਚਕਾਰ ਹੀ ਵਰਤੇ ਜਾਂਦੇ ਨੇ ਜਾਂ ਪਿੱਛੇ ਪਿੱਛੇ ਵੀ ਆ ਸਕਦੇ ਨੇ। ਅੱਗੇ ਹੈਗਾ ਦੁੱਤ ਜਾਂ ਸੰਯੁਕਤ। ਦੁੱਤ ਜਾਂ ਸੰਯੁਕਤ ਅੱਖਰ ਜਿਹੜੇ ਹੁੰਦੇ ਨੇ ਜੁੜਵੇਂ ਹੁੰਦੇ ਨੇ। ਇਹਨਾਂ ਵਿੱਚ ਅੱਖਰ ਪੈਰੀ ਪਿਆ ਹੁੰਦਾ, ਦੋਵੇਂ ਮਿਲ ਕੇ ਆਵਾਜ਼ ਪੈਦਾ ਕਰਦੇ ਨੇ। ਉਦਾਹਰਨ ਵਜੋਂ ਪ੍ਰੇਮ, ਸਵਾਦ, ਪੜ ਸ਼ਬਦਾਂ ਵਿੱਚ ਪੱਪੇ ਦੇ ਪੈਰ 'ਚ ਰਾਰਾ ਏ, ਸੱਸੇ ਦੇ ਪੈਰ 'ਚ ਵਾਹਵਾ ਏ ਅਤੇ ਡਾੜੇ ਦੇ ਪੈਰ 'ਚ ਹਾਹਾ ਏ, ਇਹ ਦੁੱਤ ਅੱਖਰ ਨੇ। ਗੁਰਮੁਖੀ ਵਿੱਚ ਕੇਵਲ 3 ਅੱਖਰ ਹਾਹਾ, ਰਾਰਾ ਅਤੇ ਵਾਹਵਾ ਹੀ ਹੋਰ ਅੱਖਰਾਂ ਦੇ ਪੈਰੀ ਵਰਤੇ ਜਾਂਦੇ ਨੇ। ਇਹ ਯਾਦ ਰੱਖਣ ਵਾਲੀ ਗੱਲ ਆ
तीन अक्खर हा हा रारा ते वावा ही होर अक्खरां दे पैरी वरते जांदे ने। अज कल इन्हां दी वरतों पंजाबी च घट गई है, तां इन्हां दी वी वरतों की आ घट गई है। दुत अक्खरां तों पहलां लग अक्खर आम तौर ते नहीं लगदा, जिवें किरम ना कि क्रीम, मीनज कोई मात्रा नहीं लगती आम तौर पर। दुत नूं लिखण विच जेकर लग पहलां लगी होवे तां पैरी लिखिया जाण वाला अक्खर बाद विच आउंदा होवे तां पढ़न समय पैरी पिया होया अद्धा अक्खर पहलां उचारिया जांदा है। मीनज जिहड़ी मात्रा जे किते लगी होवे तां अक्खर दी शक्ति है जिहड़ी उह दुगणी बन जांदी है, मात्रा नाल जिहड़ी अक्खर दी शक्ति वध बन जांदी है। ते जे पैरी पिया होया अक्खर आ तां इट मीनज अद्धा अक्खर आ तां उह पहला बोलिया जाऊगा। तो जिहड़ा पैरी जिवें इत्थे कक्का है, कक्के नूं सिहारी तां इत्थे कि उहनूं किरम मीनज रारा पिछे बोलिया जाऊ, कक्के नूं सिहारी लगी है तां उह पहला बोलिया जाऊगा। पढ़न समय पैरी पिया होया अद्धा अक्खर पहला उचारिया जाता है तो लग बाद विच उचारी जाती है, जिमें स्वै सवै वावा अद्धा है पैरी पिया होया तो इनू असी उचारित किमें करांगे, सैव नहीं बोलांगे असी बोलांगे स्वै स्वै जीवनी प्रेम, जिमें पप्पे लावा लगी हुई है ते पैर च रारा है तो पहला असी रारा बोलांगे लावा बाद च बोलांगे। अज दी वीडियो दे विच असी अक्खर कीते ने, लगा मात्रावां ने असी अगली वीडियो दे विच करांगे। बने रहो चैनल दे नाल, सबसक्राइब नहीं कीता तां सबसक्राइब करो, बैल दी जिहड़ी निशान आ उहनूं दबाओ तां कि नोटिफिकेशन आ तुहानूं मिलदा रहे ते आउण वालीआं वीडियोज़ दे विच तुसीं वध तों वध फायदा उठा सको। फिर मिलते हैं नैक्सट टॉपिक दे नाल, कमेंट करो शेयर करो वध तों वध लाइक करो ताकि मोटिवेशन मिले ते वधिया वधिया वीडियोज़ ने जिहड़ियां उह बनाउण दा मौका मिले। ओके थैंक्स।